ਇੰਦਰਜੀਤ ਸਿੰਘ ਗੋਸਲ ਜਿਹੜੇ ਸਿੱਖਸ ਫੋਰ ਜਸਟਿਸ ਦੇ ਐਕਟੀਵਿਸਟ ਨੇ ਅਤੇ ਹਰਦੀਪ ਸਿੰਘ ਨਿੱਜਰ ਹੋਰਾਂ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਕੈਨੇਡਾ ਆਪਰੇਸ਼ਨ ਆ ਸਿੱਖਸ ਫੋਰ ਜਸਟਿਸ ਦਾ ਉਹਨੂੰ ਦੇਖ ਰਹੇ ਆ, ਉਹਨਾਂ ਨੂੰ RCMP ਨੇ ਥਰੈਟ ਦਾ ਜਿਹੜਾ ਆ ਨੋਟਿਸ ਇਸ਼ੂ ਕੀਤਾ ਜਿਹਨੂੰ ਡਿਊਟੀ ਟੂ ਵਾਰ ਨੋਟਿਸ ਕਹਿੰਦੇ ਆ। 11 ਅਗਸਤ ਨੂੰ ਜਿਵੇਂ ਸਤਿੰਦਰਪਾਲ ਸਿੰਘ ਰਾਜੂ ਜਿਹੜੇ ਸਿੱਖਸ ਫੋਰ ਜਸਟਿਸ ਦੇ ਐਕਟੀਵਿਸਟ ਨੇ USA ਦੇ, ਉਹਨਾਂ ਦੇ ਉੱਤੇ ਜਿਹੜਾ ਅਟੈਕ ਹੋਇਆ, 5 ਗੋਲੀਆਂ ਜਿਹੜੀਆਂ ਨੇ ਉਹਨਾਂ ਦੇ ਵਹੀਕਲ ਦੇ ਉੱਤੇ ਚੱਲੀਆਂ ਨੇ ਜੀ। ਉਸ ਤੋਂ ਬਾਅਦ ਜਿਹੜਾ ਇਹ ਡਿਊਟੀ ਟੂ ਵਾਰਨਾ, ਉਹ ਕਹਿੰਦੇ ਕਿ ਮੈਨੂੰ ਇਹ ਸੀ ਕਿ ਅਸੀਂ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਵੀ ਇਸ ਸੋਹਣੇ ਮੁਲਕ ਦੇ ਵਿੱਚ ਰਹਿ ਕੇ ਅਤੇ ਆਪਣੀ ਗੱਲ ਕਰ ਰਹੇ ਹਾਂ ਅਤੇ ਅਸੀਂ ਇੱਥੇ ਸੇਫ ਹਾਂ, ਪਰ ਉਹ ਕਹਿੰਦੇ ਵੀ ਸਾਨੂੰ ਹੁਣ ਇਹ ਲੱਗ ਰਿਹਾ ਵੀ ਭਾਰਤ ਸਾਡਾ ਇੱਥੇ ਵੀ ਜਿਹੜਾ ਆ ਉਹ ਪਿੱਛਾ ਨਹੀਂ ਛੱਡ ਰਿਹਾ, ਸਾਨੂੰ ਇੱਥੇ ਵੀ ਡੈਮੋਕ੍ਰੈਟਿਕ ਲੀਗ ਆਪਣੀ ਗੱਲ ਨਹੀਂ ਕਰਨ ਦੇ ਰਿਹਾ। ਇਹ ਤੁਹਾਡੇ ਕੋਲ ਇੰਨੀਆਂ ਜ਼ਿਆਦਾ ਇਨਪੁੱਟਸ ਹੈਗੀਆਂ ਨੇ ਅਤੇ ਅਤੇ ਤੁਹਾਡੇ ਜਿਹੜੇ ਸਿਟੀਜ਼ਨਸ ਨੇ ਉਹਨਾਂ ਨੂੰ ਕੋਈ ਬਾਹਰਲਾ ਮੁਲਕ ਜਿਹੜਾ ਆ ਤੁਹਾਡੀ ਕੰਟਰੀ 'ਚ ਆ ਕੇ ਮਾਰ ਰਿਹਾ ਆ, ਦੈਨ ਫਿਰ ਤੁਸੀਂ ਕਿਉਂ ਉਸ ਮੁਲਕ ਦੇ ਉੱਤੇ ਕੋਈ ਸਖ਼ਤ ਕਾਰਵਾਈ ਉਵੇਂ ਦੀ ਨਹੀਂ ਕਰ ਰਹੇ। ਇੰਡੀਅਨ ਏਜੰਸੀ ਨੇ ਹਾਇਰ ਕੀਤੇ ਇੰਟਰਨੈਸ਼ਨਲ ਕ੍ਰਿਮੀਨਲਸ ਇਹਨਾਂ ਅਸੈਸੀਨੇਸ਼ਨਸ ਨੂੰ ਕਰਨ ਦੇ ਲਈ। ਉਹ ਅਸੀਂ ਪਾਕਿਸਤਾਨ ਦੇ ਵਿੱਚ ਵੀ ਦੇਖਿਆ, ਜੋ ਪਾਕਿਸਤਾਨ ਦੀਆਂ ਦੇ ਅਫੀਸ਼ਲਸ ਨੇ ਪਿਛਲੇ ਸਮੇਂ ਦੇ ਵਿੱਚ ਇਹ ਸਾਹਮਣੇ ਗੱਲ ਲਿਆਉਂਦੀ ਸੀ ਕਿ ਕਿਵੇਂ ਪਾਕਿਸਤਾਨ ਦੇ ਵਿੱਚ ਜਿਹੜੇ ਸਿੱਖ ਐਕਟੀਵਿਸਟ ਨੇ ਅਤੇ ਪਾਕਿਸਤਾਨ ਦੇ ਵਿੱਚ ਕੁਛ ਜਿਹੜੇ ਕਸ਼ਮੀਰੀ ਐਕਟੀਵਿਸਟ ਨੇ ਕਿਵੇਂ ਉਹਨਾਂ ਨੂੰ ਟਾਰਗੇਟ ਕੀਤਾ ਗਿਆ। ਨਿਖਿਲ ਗੁਪਤਾ ਉਹ ਇੱਕ ਪ੍ਰੋਕਸੀ ਸੀ ਅਤੇ ਉਹ ਪ੍ਰੋਕਸੀ ਜਿਹੜਾ ਆ ਅੱਗੇ ਉਹ ਬੰਦਿਆਂ ਨੂੰ ਹਾਇਰ ਕਰ ਰਿਹਾ ਸੀ ਵੀ ਉਹ ਡਿਫਰੈਂਟ ਤਰੀਕੇ ਯੂਜ਼ ਕਰ ਰਿਹਾ ਸੀ, ਪਰ ਜਿਹੜਾ ਉਹਦੇ ਉਹ ਪੈਸਾ ਯੂਜ਼ ਕਰ ਰਿਹਾ ਸੀ ਉਹ ਇੰਡੀਅਨ ਗਵਰਨਮੈਂਟ ਦਾ ਯੂਜ਼ ਕਰ ਰਿਹਾ ਸੀ ਜੀ, ਜੋ ਕਿ US ਗਵਰਨਮੈਂਟ ਜਿਹੜੀ ਆ ਉਹ ਮਤਲਬ ਸਾਰੇ ਟ੍ਰਾਇਲ ਦੇ ਵਿੱਚ ਇਹ ਗੱਲ ਸਾਹਮਣੇ ਆ ਚੁੱਕੀ ਆ। ਇੰਡੀਆ ਜਿਹੜਾ ਆ ਉਹ ਇਸ ਸਮੇਂ ਇੰਪੋਰਟੈਂਟ ਪਲੇਅਰ ਆ ਉਸ ਖਿੱਤੇ ਦੇ ਵਿੱਚ। US ਜਿਹੜਾ ਆ ਉਹ ਇੰਡੀਆ ਨੂੰ ਪੁਸ਼ ਕਰਕੇ ਜਿਵੇਂ ਇੱਕ ਖੂੰਜੇ ਚ ਲਾਉਣਾ ਹੁੰਦਾ ਹੈ ਤੇ ਖੂੰਜੇ ਚ ਲਾ ਕੇ ਫਿਰ ਆਪਣੀ ਗੱਲ ਮਨਾਉਣੀ ਹੁੰਦੀ ਆ ਵੀ ਉਧਰ ਨੂੰ ਵੱਧ ਰਿਹਾ। ਉਹ ਸਾਰੇ ਮਾਮਲੇ ਦੇ ਵਿੱਚ ਸਿੱਖ ਵੀ ਉਹਦੇ ਵਿੱਚ ਇੱਕ ਆਸਪੈਕਟ ਜਿਹੜਾ ਆ ਉਹ ਪਲੇ ਕਰ ਰਹੇ ਆ। ਜਿਹੜੇ ਜੀਓਪੋਲੀਟੀਕਲ ਤਬਦੀਲੀਆਂ ਆਉਣੀਆਂ ਹੁੰਦੀਆਂ ਜਿਸ ਸਮੇਂ ਦੇ ਵਿੱਚ, ਉਦੋਂ ਹੀ ਜਿਹੜੇ ਕੌਮਾਂ ਦੇ ਭਵਿੱਖ ਆ ਉਹ ਤੈਅ ਹੁੰਦੇ ਆ, ਤੇ ਸਿੱਖਾਂ ਦੇ ਲਈ ਇਹ ਜ਼ਰੂਰੀ ਆ ਕਿ ਸਿੱਖਾਂ ਦੀ ਜਿਹੜੀ ਜੀਓਪੋਲੀਟੀਕਲ ਪੋਲਿਸੀ ਆ ਉਹ ਆਪਣੀ ਵੀ ਹੋਣੀ ਚਾਹੀਦੀ ਆ, ਕੌਮੀ ਘਰ ਦੀ ਉਸਾਰੀ ਦੇ ਲਈ, ਆਪਣੀ ਜਿਹੜੀ ਪੋਲੀਟੀਕਲ ਐਸਪੀਰੇਸ਼ਨ ਆ ਉਹਦੀ ਪ੍ਰਾਪਤੀ ਦੇ ਲਈ। ਸਿੱਖ ਹੁਣ ਜਿਵੇਂ ਹੁੰਦਾ ਵੀ ਮੈਦਾਨ ਦੇ ਵਿੱਚ ਘੋੜੇ ਭਜਾਉਣ ਵੀ ਉਹ ਮਤਲਬ, ਪਰ ਇਹ ਆ ਵੀ ਆਪਣੀ ਉਹ ਪੋਲਿਸੀ ਜਿਹੜੀ ਆ ਉਹ ਇੰਡੀਪੈਂਡੈਂਟ ਹੋਣੀ ਚਾਹੀਦੀ ਆ। ਤੁਸੀਂ ਕਿਸੇ ਦੇ ਉੱਤੇ ਟੇਕ ਰੱਖ ਕੇ ਜਿਹੜਾ ਆ ਆਪਣੇ ਕੋਈ ਵੀ ਕਿਸੇ 'ਤੇ ਟੇਕ ਰੱਖ ਕੇ ਆਪਣੇ ਮੁਲਕ ਨਹੀਂ ਬਣਾ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਅਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨੌਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ 'ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ TV84 ਦੇ ਦ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਰਸ, ਅੱਜ ਅਸੀਂ 27 ਅਗਸਤ 2024 ਦੇ ਦਿਨ 12 ਭਾਦੋਂ ਨਾਨਕ ਸ਼ਾਹੀ ਸੰਮਤ 556 ਦੇ ਦਿਨ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਅਤੇ ਅੱਜ ਬੀਬੀ ਨੀਲਮ ਕੌਰ ਅਤੇ ਡਾਕਟਰ ਅਮਰਜੀਤ ਸਿੰਘ ਹੋਰਾਂ ਦੀ ਗੈਰ ਹਾਜ਼ਰੀ ਦੇ ਵਿੱਚ ਮੈਂ ਅਮਰਵੀਰ ਸਿੰਘ ਅਤੇ ਸਾਡੇ ਕੋਰਸਪੋਂਡੈਂਟ ਸੁਖਵਿੰਦਰ ਸਿੰਘ ਸਾਡੇ ਨਾਲ ਇਸ ਵਕਤ ਟੋਰੋਂਟੋ ਤੋਂ ਜੁੜੇ ਹੋਏ ਆ। ਅੱਜ ਅਸੀਂ ਸੱਚੋ ਸੱਚ ਪ੍ਰੋਗਰਾਮ ਕਰਾਂਗੇ, ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ। ਸੁਖਵਿੰਦਰ ਸਿੰਘ ਦੇ ਨਾਲ ਆਓ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੁਖਵਿੰਦਰ ਸਿੰਘ ਜੀ, ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਸੁਖਵਿੰਦਰ ਸਿੰਘ ਜੀ, ਪਹਿਲਾਂ ਅੱਜ ਦੇ ਟੋਪਿਕ ਜਿਹੜਾ ਪਹਿਲੇ ਸੈਗਮੈਂਟ ਦੇ ਵਿੱਚ ਹੀ ਟੋਪਿਕ ਦੀ ਉਹ ਕਰੀਏ, ਜਦੋਂ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਦੇ ਹਾਂ ਅਮਰੀਕਾ ਦੇ ਵਿੱਚ, ਨੌਰਥ ਅਮਰੀਕਾ ਦੇ ਵਿੱਚ। ਸੋ ਜਦੋਂ ਤੋਂ ਜਿੱਥੇ ਤੁਸੀਂ ਬੈਠੇ ਹੋ ਜਿਸ ਧਰਤੀ 'ਤੇ, ਕੈਨੇਡਾ ਦੀ ਧਰਤੀ ਤੋਂ, ਜਿਹੜੇ ਜਸਟਿਨ ਟਰੂਡੋ ਨੇ ਕੈਨੇਡੀਅਨ ਪ੍ਰਾਈਮ ਮਿਨਿਸਟਰ, ਉਹਨਾਂ ਨੇ ਜਦੋਂ ਤੋਂ ਇਹ ਗੱਲ ਜੱਗ ਜ਼ਾਹਰ ਕੀਤੀ ਕਿ ਜੋ ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ ਗਿਆ, ਉਹਨਾਂ ਦੀ ਸ਼ਹਾਦਤ ਹੋਈ ਹੈ, ਉਸ ਦੇ ਪਿੱਛੇ ਇੰਡੀਅਨ ਅਥਾਰਟੀਜ਼ ਦਾ ਹੱਥ ਹੈ, ਉਦੋਂ ਤੋਂ ਲੈ ਕੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਇੰਟਰਨੈਸ਼ਨਲੀ ਜਿਹੜਾ ਆ ਉਹ ਫੋਕਸ ਦੇ ਵਿੱਚ ਆਇਆ ਹੋਇਆ, ਅਤੇ ਸਿੱਖ ਇਹਦਾ ਸੈਂਟਰ ਆਫ ਅਟੈਂਸ਼ਨ ਰਹੇ ਆ। ਸਿੱਖ ਇਸ਼ੂ ਨੂੰ ਪਬਲਿਕ ਓਪੀਨੀਅਨ, ਪਬਲਿਕ ਆਏ ਦੇ ਵਿੱਚ ਬੜੀ ਵੱਡੀ ਤੌਰ ਦੇ ਉੱਤੇ ਜਿਹੜੀ ਹੈ ਲਾਈਮਲਾਈਟ ਹਾਸਲ ਹੋਈ ਹੈ। ਸੋ ਇਸ ਨੂੰ ਮੁੱਖ ਰੱਖਦਿਆਂ ਹੋਇਆਂ, ਪਰ ਇਹ ਹੋਣ ਦੇ ਬਾਵਜੂਦ ਵੀ ਜੋ ਇੱਕ ਸਟੇਜ ਦੇ ਉੱਤੇ ਐਂ ਲੱਗਾ ਸੀ, ਜਾਂ ਇਹ ਗੱਲ ਮੰਨੀ ਜਾਂਦੀ ਹੈ ਵੀ ਜਦੋਂ ਜਿਹੜੇ ਇਸ ਕਿਸਮ ਦੇ ਆਪਰੇਸ਼ਨ ਹੁੰਦੇ ਆ ਉਹਨਾਂ ਨੂੰ ਠੱਲ ਪੈ ਜਾਂਦੀ ਹੈ ਜਾਂ ਉਹ ਰੁਕ ਜਾਂਦੇ ਨੇ, ਕਿਉਂਕਿ ਗੱਲ ਜਿਹੜੀ ਹੈ ਉਹ ਇਸ ਕਿਸਮ ਦੇ ਕੋਵਰਟ ਆਪਰੇਸ਼ਨ ਜਦੋਂ ਹੁੰਦੇ ਆ ਉਹ ਸਾਹਮਣੇ ਆ ਜਾਂਦੇ ਨੇ ਸਭ ਦੇ, ਜਾਂ ਜਦੋਂ ਗੱਲ ਜੱਗ ਜ਼ਾਹਰ ਹੋ ਜਾਂਦੀ ਹੈ ਤਾਂ ਫਿਰ ਜਿਹੜੇ ਕਾਤਲ ਹੈਗੇ ਆ ਉਹ ਪੈਰ ਪਛਾਂਹ ਖਿੱਚ ਲੈਂਦੇ ਆ। ਪਰ ਸਾਡੇ ਮਾਮਲੇ ਦੇ ਵਿੱਚ, ਸਿੱਖਾਂ ਦੇ ਮਾਮਲੇ ਦੇ ਵਿੱਚ ਇਹ ਗੱਲ ਨਹੀਂ ਹੁੰਦੀ ਲੱਗ ਰਹੀ, ਕਿਉਂਕਿ ਬਾਅਦ ਦੇ ਵਿੱਚ ਵੀ ਕਈ ਇਸ ਕਿਸਮ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਵਾਪਰ ਰਹੀਆਂ ਨੇ। ਖਾਸ ਤੌਰ 'ਤੇ ਜਦੋਂ ਅਸੀਂ ਸਿੱਖਸ ਫਾਰ ਜਸਟਿਸ ਜਥੇਬੰਦੀ ਦੀ ਗੱਲ ਕਰਦੇ ਹਾਂ, ਪਹਿਲਾਂ ਜਦੋਂ ਅਸੀਂ ਦੇਖਦੇ ਹਾਂ ਪਿਛਲੇ ਸਾਲ ਦੇ ਵਿੱਚ, ਫਿਰ ਇਸ ਸਾਲ ਦੇ ਵਿੱਚ ਵੀ ਕਈ ਇਸ ਕਿਸਮ ਦੀਆਂ ਘਟਨਾਵਾਂ ਨੇ ਉਹ ਟੋਰਾਂਟੋ ਦੇ ਵਿੱਚ ਵੀ ਇੱਕ ਵਿਆਹ ਦੇ ਉੱਤੇ ਗੱਲ ਸਾਹਮਣੇ ਆਉਂਦੀ ਹੈ ਕਿ ਜਿੱਥੇ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ਼ ਦੀ ਜਿਹੜੀ ਗੱਲ ਹੈ ਉਹ ਬਾਅਦ ਦੇ ਵਿੱਚ ਮੀਡੀਆ ਦੇ ਵਿੱਚ ਵਾਈਡਰ ਲੈਵਲ 'ਤੇ ਰਿਪੋਰਟ ਕੀਤੀ ਗਈ ਹੈ। ਸੋ ਅੱਜ ਦੀ ਵੀ ਇੱਕ ਅਹਿਮ ਖਬਰ ਹੈਗੀ ਹੈ ਵੀ ਜਿਹੜੇ ਸਿੱਖਸ ਫਾਰ ਜਸਟਿਸ ਦੇ ਕਾਰਕੁਨ ਨੇ ਹਰਦੀਪ ਸਿੰਘ ਨਿੱਜਰ ਤੋਂ ਬਾਅਦ, ਜਿਨ੍ਹਾਂ ਨੇ ਰੈਫਰੈਂਡਮ ਦੀ ਕਮਾਨ ਸੰਭਾਲੀ ਕੈਨੇਡਾ ਦੇ ਵਿੱਚ, ਅਤੇ ਕੈਨੇਡਾ ਦੇ ਵਿੱਚ ਜਿਹੜੇ ਰੈਫਰੈਂਡਮ ਹੋ ਰਹੇ ਆ ਹੋਏ ਆ ਉਹਨਾਂ ਦੇ ਵਿੱਚ ਉਹਨਾਂ ਦਾ ਅਹਿਮ ਯੋਗਦਾਨ ਹੈ, ਉਹਨਾਂ ਨੂੰ ਹੁਣ ਡਿਊਟੀ ਟੂ ਵਾਰਨ ਜਿਹੜੀ ਹੈ ਉਹ ਦਿੱਤੀ ਗਈ ਹੈ। ਸੋ ਹਰਦੀਪ ਸਿੰਘ ਨਿੱਜਰ ਤੋਂ ਬਾਅਦ ਇਹ ਮਤਲਬ ਬੜਾ ਇੱਕ ਦੇਖਣ ਵਾਲੀ ਗੱਲ ਹੈਗੀ ਹੈ ਵੀ ਇੰਦਰਜੀਤ ਸਿੰਘ ਗੋਸਲ ਨੂੰ ਜਿਹੜੀ ਇਹ ਡਿਊਟੀ ਟੂ ਵਾਰਨ ਦਿੱਤੀ ਗਈ ਹੈ, ਇਹਦੀ ਅਹਿਮੀਅਤ ਕੀ ਹੈਗੀ ਹੈ, ਇਹ ਗੱਲ ਹੁਣ ਸਮਝਣ ਵਾਲੀ ਹੈ ਵੀ ਇੰਨਾ ਸਮਾਂ, ਇੰਨੇ ਮਹੀਨੇ ਬੀਤਣ ਤੋਂ ਬਾਅਦ ਵੀ ਇਹ ਹਜੇ ਤੱਕ ਜਿਹੜਾ ਖਤਰਾ ਆ ਉਹ ਟਲਿਆ ਨਹੀਂ ਹੈਗਾ। ਸੋ ਪਹਿਲਾਂ ਮੈਂ ਚਾਹੂੰਗਾ ਅਸੀਂ ਥੋੜ੍ਹੀਆਂ ਜਿਹੀਆਂ ਡੀਟੇਲਸ ਡਿਸਕਸ ਕਰ ਲਈਏ ਵੀ ਚੱਲ ਕੀ ਰਿਹਾ ਆ ਇਸ ਵਕਤ, ਫਿਰ ਗੱਲ ਨੂੰ ਅੱਗੇ ਤੋਰਦੇ ਹਾਂ। ਬਿਲਕੁਲ ਜੀ ਅਮਰਵੀਰ ਸਿੰਘ ਜੀ, ਜਿਹੜੀ ਇਹ ਅੱਜ ਗਲੋਬਲ ਨਿਊਜ਼ ਦੀ ਖਬਰ ਜੋ ਅਸੀਂ ਦੇਖ ਰਹੇ ਹਾਂ, ਜਿਹਦੇ 'ਚ ਇਹ ਗੱਲ ਨਸ਼ਰ ਹੋਈ ਆ ਕਿ ਜਿਹੜਾ RCMP ਰੋਇਲ ਕੈਨੇਡੀਅਨ ਜਿਹੜੀ ਮਾਊਂਟਡ ਪੁਲਿਸ ਆ, ਉਹਦੇ ਵੱਲੋਂ ਇੰਦਰਜੀਤ ਸਿੰਘ ਗੋਸਲ ਜਿਹੜੇ ਸਿੱਖਸ ਫੋਰ ਜਸਟਿਸ ਦੇ ਐਕਟਿਵਿਸਟ ਨੇ, ਅਤੇ ਹਰਦੀਪ ਸਿੰਘ ਨਿੱਜਰ ਹੋਰਾਂ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਕੈਨੇਡਾ ਆਪਰੇਸ਼ਨ ਆ ਸਿੱਖਸ ਫੋਰ ਜਸਟਿਸ ਦਾ, ਉਹਨੂੰ ਦੇਖ ਰਹੇ ਆ। ਅਤੇ ਉਸ ਦੇ ਵਿੱਚ ਇਹ ਖਬਰ ਦੇ ਵਿੱਚ ਇਹ ਦੱਸਿਆ ਗਿਆ ਕਿ ਉਹਨਾਂ ਨੂੰ RCMP ਨੇ ਥਰੈਟ ਦਾ ਜਿਹੜਾ ਆ ਨੋਟਿਸ ਇਸ਼ੂ ਕੀਤਾ, ਜਿਹਨੂੰ ਡਿਊਟੀ ਟੂ ਵਾਰ ਨੋਟਿਸ ਕਹਿੰਦੇ ਆ। ਅਤੇ ਮਤਲਬ ਉਹਨਾਂ ਨੇ ਜਿਹੜੇ ਭਾਈ ਗੋਸਲ ਨੇ, ਇੰਦਰਜੀਤ ਸਿੰਘ ਗੋਸਲ, ਉਹਨਾਂ ਨੇ ਮੀਡੀਆ ਨੂੰ ਦੱਸਿਆ ਕਿ ਆਈ ਥਿੰਕ ਸ਼ੁੱਕਰਵਾਰ ਨੂੰ ਉਹ ਕਹਿੰਦੇ ਆ ਕਿ ਘਰੇ ਜਿਹੜੇ ਉਹਨਾਂ ਦੇ ਇਹ ਜਿਹੜਾ ਜਿਹੜੇ ਓਫੀਸ਼ੀਅਲ ਨੇ ਉਹ ਆਏ ਅਤੇ ਉਹਨਾਂ ਨੇ ਉਹਨਾਂ ਨੂੰ ਇਹ ਜਿਹੜਾ ਨੋਟਿਸ ਆ ਉਹ ਦਿੱਤਾ ਆ ਕਿ ਤੁਹਾਡੀ ਜਾਨ ਨੂੰ ਖਤਰਾ ਆ। ਤੇ ਇਹ ਜਿਹੜਾ ਨੋਟਿਸ ਆ ਉਹ ਕਹਿੰਦੇ ਕਿ ਮੈਂ ਖੁਦ ਹੈਰਾਨ ਸੀ ਕਿ ਜਿਹੜਾ ਇਹ ਨੋਟਿਸ ਦਿੱਤਾ, ਅਤੇ ਉਹਨਾਂ ਦੀ ਸਟੇਟਮੈਂਟ ਵੀ ਬਕਾਇਦਾ ਲੱਗੀ ਹੈ ਸਾਰੀ ਨਿਊਜ਼ ਦੇ ਵਿੱਚ। ਪਰ
ਸਮਝਣ ਦੀ ਗੱਲ ਅਮਰਵੀਰ ਸਿੰਘ ਜੀ ਇਹ ਆ ਕਿ ਕੁਛ ਦਿਨ ਪਹਿਲਾਂ ਜਿਹੜਾ ਕੈਲੀਫੋਰਨੀਆ ਦੇ ਵਿੱਚ ਇੱਕ ਘਟਨਾ ਵਾਪਰੀ ਆ ਜਿਹੜੀ ਕਿ ਸਾਰੇ ਮੀਡੀਆ ਨੇ ਕਵਰ ਕੀਤੀ ਕਿ 11 ਅਗਸਤ ਨੂੰ ਜਿਵੇਂ ਸਤਿੰਦਰਪਾਲ ਸਿੰਘ ਰਾਜੂ ਜਿਹੜੇ ਸਿੱਖਸ ਫੋਰ ਜਸਟਿਸ ਦੇ ਐਕਟਿਵਿਸਟ ਨੇ USA ਦੇ, ਉਹਨਾਂ ਦੇ ਉੱਤੇ ਜਿਹੜਾ ਅਟੈਕ ਹੋਇਆ, 5 ਗੋਲੀਆਂ ਜਿਹੜੀਆਂ ਨੇ ਉਹਨਾਂ ਦੇ ਵਹੀਕਲ ਦੇ ਉੱਤੇ ਚੱਲੀਆਂ ਨੇ, ਤੇ ਉਸ ਤੋਂ ਬਾਅਦ ਜਿਹੜਾ ਇਹ ਡਿਊਟੀ ਟੂ ਵਾਰਨ, ਤੇ ਇਸ ਤੋਂ ਇਲਾਵਾ ਵੀ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੋਈ ਆ, ਉਹਨਾਂ 'ਤੇ ਅਟੈਕ ਹੋਇਆ, ਅਤੇ ਉਸ ਤੋਂ ਬਾਅਦ ਵੀ ਜਿਹੜੇ ਖਾਸ ਤੌਰ 'ਤੇ BC ਦੇ ਵਿੱਚ ਕੁਛ ਜਿਹੜੇ ਸਿੱਖ ਐਕਟਿਵਿਸਟ ਨੇ ਉਹਨਾਂ ਨੂੰ ਇਸ ਤਰੀਕੇ ਦੀਆਂ ਜਿਹੜੀਆਂ ਵਾਰਨਿੰਗਸ ਨੇ ਉਹ ਕੈਨੇਡੀਅਨ ਇੰਟੈਲੀਜੈਂਸ ਏਜੰਸੀਜ਼ ਦੇ ਵੱਲੋਂ ਦਿੱਤੀਆਂ ਗਈਆਂ ਕਿ ਤੁਸੀਂ ਵੀ ਜਿਹੜਾ ਅੰਡਰ ਦਾ ਥਰੈਟ ਹੋ ਅਤੇ ਆਪਣੀ ਜਿਹੜੀ ਸੇਫਟੀ ਆ ਉਹਦਾ ਤੁਸੀਂ ਧਿਆਨ ਰੱਖੋ। ਤਾਂ ਇਸ ਗੱਲ ਤੋਂ ਅਮਰਜੀਤ ਸਿੰਘ ਜੀ ਇਹ ਸਪਸ਼ਟ ਆ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਐਕਟਿਵਿਸਟ ਨੇ USA ਅਤੇ ਕੈਨੇਡਾ ਦੇ ਵਿੱਚ ਉਹ ਅੰਡਰ ਥਰੈਟ ਨੇ, ਤੇ ਇਸੇ ਕਰਕੇ ਜਿਹੜੀ ਇਨਪੁੱਟ ਆ ਕੈਨੇਡੀਅਨ ਅਤੇ ਜਿਹੜੀਆਂ US ਦੀਆਂ ਇੰਟੈਲੀਜੈਂਸ ਏਜੰਸੀਜ਼ ਨੇ ਉਹਨਾਂ ਦੇ ਕੋਲ ਕਾਫ਼ੀ ਸਟਰੋਂਗ ਇਨਪੁੱਟ ਆ, ਜਿਹਦੇ ਚੱਲਦੇ ਹੀ ਪਿਛਲੇ ਸਮੇਂ 'ਚ FBI ਵੱਲੋਂ ਵੀ ਇੱਕ ਪੂਰੀ ਕੈਂਪੇਨ ਜਿਹੜੀ ਆ ਉਹ ਲਾਂਚ ਕੀਤੀ ਗਈ ਸੀ ਕਿ ਜੇ ਕੋਈ ਵੀ ਸਿੱਖ ਜਿਹੜਾ ਆ ਉਹਨੂੰ ਕੋਈ ਖਤਰਾ ਲੱਗਦਾ ਆ ਤਾਂ ਉਹ ਸਿੱਧਾ FBI ਨੂੰ ਡਾਇਰੈਕਟਲੀ ਜਿਹੜਾ ਆ ਕਮਿਊਨੀਕੇਟ ਕਰੇ। ਅਤੇ ਇਸ ਸਾਰੇ ਮਾਮਲੇ ਦੇ ਵਿੱਚ ਜਿਹੜਾ ਹੁਣ ਸਵਾਲ ਖੜ੍ਹਾ ਹੋ ਰਿਹਾ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੇ ਪਬਲਿਕਲੀ ਬਿਆਨ ਦੇਣ ਤੋਂ ਬਾਅਦ ਕਿ ਇੰਡੀਅਨ ਗਵਰਨਮੈਂਟ ਦਾ ਡਾਇਰੈਕਟ ਹੱਥ ਆ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਦੇ ਵਿੱਚ, ਅਤੇ ਇਸ ਤੋਂ ਇਲਾਵਾ ਜਿਹੜਾ ਇੱਕ ਇੰਡੀਅਨ ਜਿਹੜਾ ਏਜੰਟ ਆ ਉਹਨੂੰ ਜਿਵੇਂ ਅਰੈਸਟ ਕੀਤਾ US ਦੀਆਂ ਅਥੋਰਿਟੀਜ਼ ਨੇ, ਅਤੇ ਉਹ ਫਿਰ US ਨੂੰ ਲੈ ਕੇ ਆਏ ਆ ਜਿੱਥੇ ਹੁਣ ਟ੍ਰਾਇਲ ਚੱਲ ਰਿਹਾ ਆ, ਅਤੇ ਉਸ ਸਾਰੇ ਮਾਮਲੇ ਦੇ ਵਿੱਚ ਵੀ ਉਹ ਇਹ ਗੱਲਾਂ ਸਾਹਮਣੇ ਆਈਆਂ ਕਿ ਕਿਵੇਂ ਜਿਹੜੇ ਇੰਡੀਅਨ ਅਫੀਸ਼ੀਅਲਸ ਨੇ ਉਸ ਏਜੰਟ ਨੂੰ ਚਲਾ ਰਹੇ ਸੀ। ਅਤੇ ਮਤਲਬ ਤੁਹਾਨੂੰ ਯਾਦ ਹੋਣਾ ਬਲਵੀਰ ਸਿੰਘ ਜੀ, ਜਿਹੜਾ ਇਹ ਸਾਰਾ ਕੁਛ ਵਾਪਰਿਆ ਆ ਤਾਂ ਜਿਹੜਾ ਮੋਡਸ ਓਪਰੈਂਡਾ ਹੀ ਆ ਇਸ ਸਾਰੇ ਐਕਸ਼ਨ ਦਾ ਜਿਹੜਾ ਇੰਡੀਅਨ ਗਵਰਨਮੈਂਟ ਨੇ ਜੇ ਕੀਤਾ ਆ ਜਿਵੇਂ US ਅਤੇ ਕੈਨੇਡੀਅਨ ਅਥੋਰਟੀਜ਼ ਕਹਿ ਰਹੀਆਂ ਨੇ, ਅਤੇ ਉਹਦੇ ਵਿੱਚ ਇਹ ਸਾਹਮਣੇ ਆਇਆ ਕਿ ਜਿਹੜਾ ਇੰਡੀਅਨ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਨੇ ਉਹਨਾਂ ਨੇ ਕੋਲੈਬੋਰੇਟ ਕੀਤਾ ਆ ਜਿਹੜੇ ਇੰਟਰਨੈਸ਼ਨਲ ਕ੍ਰਿਮੀਨਲਸ ਨੇ ਉਹਨਾਂ ਦੇ ਨਾਲ, ਇਹ ਇੰਡੀਅਨ ਏਜੰਸੀ ਨੇ ਹਾਇਰ ਕੀਤੇ ਇੰਟਰਨੈਸ਼ਨਲ ਕ੍ਰਿਮੀਨਲਸ ਇਹਨਾਂ ਅਸੈਸੀਨੇਸ਼ਨਸ ਨੂੰ ਕਰਨ ਦੇ ਲਈ, ਕਿਉਂਕਿ ਇਹੀ ਸੇਮ ਜਿਹੜਾ ਮੋਡਸ ਓਪਰੈਂਡਾ ਹੀ ਆ ਪੈਸੇ ਦੇ ਕੇ ਇਸ ਤਰੀਕੇ ਦੇ ਨਾਲ ਆਪਣੇ ਜਿਹੜੇ ਪੋਲੀਟੀਕਲ ਓਪੋਨੈਂਟਸ ਨੇ ਉਹਨਾਂ ਦਾ ਕਤਲ ਕਰਾਉਣਾ, ਉਹ ਅਸੀਂ ਪਾਕਿਸਤਾਨ ਦੇ ਵਿੱਚ ਵੀ ਦੇਖਿਆ, ਜੋ ਪਾਕਿਸਤਾਨ ਦੀਆਂ ਦੇ ਅਫੀਸ਼ੀਅਲਸ ਨੇ ਪਿਛਲੇ ਸਮੇਂ ਦੇ ਵਿੱਚ ਇਹ ਮਤਲਬ ਸਾਹਮਣੇ ਗੱਲ ਲਿਆਉਂਦੀ ਸੀ ਕਿ ਕਿਵੇਂ ਪਾਕਿਸਤਾਨ ਦੇ ਵਿੱਚ ਜਿਹੜੇ ਸਿੱਖ ਐਕਟਿਵਿਸਟ ਨੇ ਅਤੇ ਪਾਕਿਸਤਾਨ ਦੇ ਵਿੱਚ ਕੁਛ ਜਿਹੜੇ ਕਸ਼ਮੀਰੀ ਐਕਟਿਵਿਸਟ ਨੇ ਕਿਵੇਂ ਉਹਨਾਂ ਨੂੰ ਟਾਰਗੇਟ ਕੀਤਾ ਗਿਆ, ਬੰਦੇ ਕਿਵੇਂ ਦੁਬਈ ਤੋਂ ਪੈਸੇ ਦੇ ਕੇ ਉਹ ਹਾਇਰ ਕੀਤੇ ਗਏ, ਜਿਹੜਾ ਇਹ ਸਾਰਾ ਮੋਡਸ ਓਪਰੈਂਡੀ ਆ ਉਹ ਸੇਮ ਆ। ਤਾਂ ਇਸ ਮਾਮਲੇ 'ਚ ਜਦੋਂ ਇਹ ਸਵਾਲ ਖੜਾ ਹੁੰਦਾ ਕਿ US ਦੀ ਵੱਲੋਂ ਇੰਨੀ ਵੱਡੀ ਕਾਰਵਾਈ ਤੋਂ ਬਾਅਦ ਅਤੇ ਕੈਨੇਡਾ ਦੇ ਵੱਲੋਂ ਇੰਨੀ ਵੱਡੀ ਕਾਰਵਾਈ ਤੋਂ ਬਾਅਦ ਵੀ ਇੰਡੀਅਨ ਗਵਰਨਮੈਂਟ ਜਿਹੜੀ ਆ ਉਹ ਕਿਉਂ ਮਤਲਬ ਇਹਨਾਂ ਹਰਕਤਾਂ ਤੋਂ ਬਾਜ ਨਹੀਂ ਆ ਰਹੀ, ਤਾਂ ਉਹਦੇ 'ਚ ਇਹ ਸਮਝਣ ਵਾਲੀ ਗੱਲ ਆ ਜਾਂ ਇੱਥੇ ਜੋ ਇਹਨਾਂ ਸਰਕਲਸ ਦੇ ਵਿੱਚ ਗੱਲ ਚੱਲਦੀ ਆ ਕਿ ਆਲਰੇਡੀ ਜਿਹੜੇ ਇੰਡੀਅਨ ਅਫੀਸ਼ੀਅਲਸ ਨੇ ਉਹਨਾਂ ਨੇ ਬਲੈਕ ਮਾਰਕੀਟ ਦੇ ਰਾਹੀਂ ਜਿਹੜਾ ਇੰਟਰਨੈਸ਼ਨਲ ਕ੍ਰਿਮੀਨਲਸ ਨੇ ਉਹਨਾਂ ਨੂੰ ਜਿਹੜੇ ਪੈਸੇ ਆ ਉਹ ਤੁਸੀਂ ਕਹਿ ਸਕਦੇ ਹੋ ਕਿ ਪ੍ਰੋਮਿਸ ਕਰ ਦਿੱਤੇ ਹੋਏ ਆ, ਅਤੇ ਜਿਹੜੀ ਜਿਵੇਂ ਸੁਪਾਰੀ ਦੇਣ ਦੀ ਗੱਲ ਹੁੰਦੀ ਆ ਉਹ ਸੁਪਾਰੀਆਂ ਜਿਹੜੀਆਂ ਨੇ ਉਹ ਚੱਕੀਆਂ ਗਈਆਂ ਨੇ, ਤਾਂ ਉਹ ਜਿਹੜਾ ਬਲੈਕ ਮਾਰਕੀਟ ਦਾ ਮਤਲਬ ਜਿੰਨਾ ਕੁ ਸੁਣਨ 'ਚ ਆਇਆ ਕਿ ਕੋਈ ਅਸੂਲ ਹੁੰਦਾ ਹੈ ਕਿ ਜਦੋਂ ਤੁਸੀਂ ਸੁਪਾਰੀ ਇੱਕ ਦੀ ਚੱਕ ਲੈਂਦੇ ਹੋ ਕਿਸੇ ਦੀ, ਫਿਰ ਤੁਸੀਂ ਉਹਨੂੰ ਮਤਲਬ ਐਂਡ ਤੱਕ ਲੈ ਕੇ ਜਾਂਦੇ ਹੋ ਤਾਂ ਹੀ ਜਿਹੜਾ ਤੁਹਾਡਾ ਪੈਸਾ ਆ ਫਿਰ ਤੁਸੀਂ ਉਹ ਕਲੇਮ ਕਰਦੇ ਹੋ।
ਤੇ ਉਹ ਜਿਹੜਾ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਇੰਡੀਅਨ ਗਵਰਨਮੈਂਟ ਇਹ ਜਿਹੜਾ ਇੱਕ ਬੜੀ ਗੰਦੀ ਗੇਮ ਆ ਉਹ ਖੇਡ ਚੁੱਕੀ ਆ, ਤੇ ਜਿਹਦੇ ਹੁਣ ਜਿਹੜੇ ਉਹ ਲੋਕ ਜਿਹੜੇ ਸਿੱਖ ਐਕਟੀਵਿਸਟਾਂ ਦੇ ਮਗਰ ਪਏ ਆ ਉਹ ਆਲਰੇਡੀ ਐਕਟਿਵ ਨੇ, ਤੇ ਇਸੇ ਕਰਕੇ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਨੇ ਕੈਨੇਡਾ ਅਤੇ USA ਦੀਆਂ ਉਹ ਸਿੱਖਾਂ ਨੂੰ ਇਹ ਜਿਹੜੇ ਨੋਟਿਸ ਨੇ ਉਹ ਇਸ਼ੂ ਕਰ ਰਹੇ ਆ, ਕਿਉਂਕਿ ਜਦੋਂ ਉਹਨਾਂ ਤੱਕ ਇਹ ਜਾਣਕਾਰੀ ਮਿਲਦੀ ਆ ਕਿ ਕੋਈ ਜਿਹੜਾ ਇਸ ਤਰੀਕੇ ਦਾ ਟਾਰਗੇਟ ਲੈ ਕੇ ਬੰਦਾ ਘੁੰਮ ਰਿਹਾ ਆ ਜਾਂ ਉਹ ਜਿਹੜੇ ਜਦੋਂ ਵੀ ਉਹਨਾਂ ਤੱਕ ਜਾਣਕਾਰੀ ਆਉਂਦੀ ਆ ਫਿਰ ਉਹ ਇਹ ਨੋਟਿਸ ਜਿਹੜੇ ਆ ਉਹ ਇਸ਼ੂ ਕਰਦੇ ਆ। ਤਾਂ ਇਹਦੇ 'ਚ ਬੜੀ ਇੱਕ ਅਹਿਮ ਹੋਰ ਇਨਪੁੱਟ ਆ ਜਿਹੜੀ ਅਮਰਵੀਰ ਸਿੰਘ ਜੀ ਮਤਲਬ ਸਮਝਣ ਵਾਲੀ ਆ। ਤੁਹਾਨੂੰ ਯਾਦ ਹੋਣਾ ਕਿ ਜਿਹੜੀ ਕੈਨੇਡਾ ਦੇ ਵਿੱਚ ਫੋਰਨ ਇੰਟਰਫੇਰੈਂਸ ਕਮਿਸ਼ਨ ਬਣਿਆ ਸੀ ਤੇ ਮਤਲਬ ਇੱਕ ਪਾਰਲੀਮੈਂਟਰੀ ਜਿਹੜੀ ਕਮੇਟੀ ਆ ਪਾਰਲੀਮੈਂਟਰੀ ਹੇਅਰਿੰਗ ਹੋਈ ਸੀ ਜਿਹਦੇ ਜਸਟਿਨ ਟਰੂਡੋ ਜਿਹੜੇ ਆ ਉਹਨਾਂ ਨੇ ਵੀ ਜਿਹੜਾ ਐਜ਼ ਆ ਵਿਟਨੈਸ ਉਹ ਹਾਜ਼ਰ ਹੋਏ ਸੀ ਪੇਸ਼ ਹੋਏ ਸੀ ਜੀ, ਤੇ ਉਹਦੇ 'ਚ ਸਿੱਖਾਂ ਵੱਲੋਂ ਵੀ ਜਿਹੜੇ ਨੁਮਾਇੰਦੇ ਆ ਉਹਨਾਂ ਨੇ ਸਵਾਲ ਕੀਤੇ ਸੀ ਤੇ ਉਹ ਸਾਰੀ ਹੇਅਰਿੰਗ ਜਿਹੜੀ ਸੀ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮਸਲੇ 'ਤੇ ਸੀ, ਤੇ ਉਸ ਸਾਰੇ ਸਾਰੀ ਹੇਅਰਿੰਗ ਤੋਂ ਬਾਅਦ ਸਾਰੀ ਜਾਂਚ ਤੋਂ ਬਾਅਦ ਕੈਨੇਡੀਅਨ ਅਥੋਰਿਟੀਜ਼ ਜਿਹੜੀਆਂ ਆ ਉਹਨਾਂ ਨੇ ਮੰਨਿਆ ਸੀ ਕਿ ਕੈਨੇਡਾ ਦੇ ਵਿੱਚ ਮਤਲਬ ਜਿਹੜੀ ਫੋਰਨ ਇੰਟਰਫੇਰੈਂਸ ਆ ਉਹਦੇ 'ਚ ਚਾਈਨਾ ਤੋਂ ਬਾਅਦ ਇੰਡੀਆ ਦੂਜੇ ਨੰਬਰ ਦਾ ਮੁਲਕ ਆ ਜਿਹੜਾ ਕਿ ਸਭ ਤੋਂ ਵੱਧ ਫੋਰਨ ਇੰਟਰਫੇਰੈਂਸ ਕਰ ਰਿਹਾ, ਤੇ ਉਹਦੇ ਵਿੱਚ ਇਹ ਸਾਹਮਣੇ ਆਇਆ ਸੀ ਕਿ ਜਿਹੜਾ ਉਹ ਮੋਡਸ ਓਪਰੈਂਡਾਈ ਆ ਇੰਡੀਆ ਇੰਡੀਅਨ ਗਵਰਨਮੈਂਟ ਦਾ ਉਹ ਇਹ ਆ ਕਿ ਜਿਹੜੇ ਪਾਰਲੀਮੈਂਟੇਰੀਅਨ ਨੇ ਡਿਫਰੈਂਟ ਪਾਰਟੀਜ਼ ਦੇ ਉਹਨਾਂ ਤੱਕ ਬਾਏ ਪ੍ਰੋਕਸੀਜ਼ ਇੰਡੀਅਨ ਜਿਹੜੇ ਏਜੰਟਸ ਨੇ ਇੰਡੀਅਨ ਇੰਟੈਲੀਜੈਂਸ ਏਜੰਸੀਜ਼ ਆ ਉਹ ਅਪਰੋਚ ਕਰਦੀਆਂ ਨੇ, ਮਤਲਬ ਕਿ ਇੰਡੀਅਨ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਆ ਜਿਹਦੇ ਬਾਰੇ ਕਿਹਾ ਜਾਂਦਾ ਕਿ ਜਿਹੜਾ ਹਾਈ ਕਮਿਸ਼ਨਰ ਆ ਕਮਿਸ਼ਨਰ ਆਫਿਸ ਆ ਕੈਨੇਡਾ ਦੇ ਵਿੱਚ ਇੰਡੀਆ ਦਾ ਉੱਥੋਂ ਇਹ ਸਾਰਾ ਕੁਛ ਓਪਰੇਟ ਹੁੰਦਾ, ਤੇ ਉਹਦੇ ਵਿੱਚ ਉਹ ਕੁਛ ਪ੍ਰੋਕਸੀਜ਼ ਨੂੰ ਪੈਸਾ ਦਿੰਦੇ ਆ ਇੰਡੀਅਨ ਗਵਰਨਮੈਂਟ ਦਾ, ਤੇ ਉਹ ਪ੍ਰੋਕਸੀ ਫਿਰ ਉਸ ਪੈਸੇ ਨੂੰ ਜਿਹੜੇ ਕੈਨੇਡਾ ਦੇ ਪਾਰਲੀਮੈਂਟੇਰੀਅਨਸ ਨੇ ਜਿਹਨਾਂ ਨੂੰ ਉਹ ਟਾਰਗੇਟ ਕਰਨਾ ਚਾਹੁੰਦੇ ਆ ਉਹਨਾਂ ਦੀਆਂ ਜਿਹੜੀਆਂ ਕੈਂਪੇਨਸ ਨੇ ਉਹਨਾਂ ਦੇ ਵਿੱਚ ਲਾਉਂਦੇ ਆ ਤਾਂ ਕਿ ਉਹ ਜਿਹੜਾ ਉਹਨਾਂ ਪਾਰਲੀਮੈਂਟੇਰੀਅਨਸ ਦੇ ਖਾਸ ਬਣ ਸਕਣ, ਤੇ ਉਸ ਤੋਂ ਬਾਅਦ ਜਿਹੜੇ ਇੰਡੀਅਨ ਇੰਟਰਸਟ ਨੇ ਉਹਨਾਂ ਨੂੰ ਉਹਨਾਂ ਪਾਰਲੀਮੈਂਟੇਰੀਅਨਸ ਤੋਂ ਸਰਵ ਕਰਵਾ ਸਕਣ, ਤੇ ਉਹਦੇ ਵਿੱਚ ਜਿਹੜੀ ਜਾਂਚ ਕਮੇਟੀ ਆ ਉਹਨੇ ਕਿਹਾ ਸੀ ਕਿ ਜਿਹੜੇ ਪਾਰਲੀਮੈਂਟੇਰੀਅਨਸ ਟਾਰਗੇਟ ਹੋਏ ਆ ਉਹਨਾਂ ਨੂੰ ਹਾਲਾਂਕਿ ਇਹ ਨਹੀਂ ਪਤਾ ਲੱਗਦਾ ਕਿ ਉਹ ਟਾਰਗੇਟ ਹੋ ਰਹੇ ਆ ਫੋਰਨ ਇੰਟਰਫੇਰੈਂਸ ਦਾ, ਕਿਉਂਕਿ ਉਹ ਇਸ ਤਰੀਕੇ ਦੇ ਨਾਲ ਵਿਦ ਦਾ ਹੈਲਪ ਆਫ ਪ੍ਰੋਕਸੀਜ਼ ਇੰਡੀਅਨ ਗਵਰਨਮੈਂਟ ਜਿਹੜੀ ਆ ਉਹਨਾਂ ਨੂੰ ਟਾਰਗੇਟ ਕਰ ਰਹੀ ਆ ਜੀ। ਤੇ ਮਤਲਬ ਇਹ ਮੈਂ ਜਿਵੇਂ ਉਹ ਪ੍ਰੋਕਸੀ ਜਿਹੜਾ ਆ ਉਹ ਤੁਸੀਂ ਕਹਿ ਸਕਦੇ ਹੋ ਕਿ ਇੱਕ ਤਰ੍ਹਾਂ ਦੇ ਨਾਲ ਮਤਲਬ ਇੰਡੀਅਨ ਗਵਰਨਮੈਂਟ ਦੇ ਏਜੰਟ ਤੇ ਜਿਹੜਾ ਟਾਰਗੇਟ ਹੋ ਰਿਹਾ ਪਾਰਲੀਮੈਂਟੇਰੀਅਨ ਆ ਉਹਦੇ ਵਿਚਾਲੇ ਇੱਕ ਪ੍ਰੋਕਸੀ ਆ ਜਿਹਦੇ ਰਾਹੀਂ ਉਹ ਇਹ ਸਾਰਾ ਕੁਛ ਕਰਦੇ ਆ, ਜੇ ਆਪਾਂ ਪੋਲੀਟੀਕਲ ਫਰੇਮਵਰਕ ਦੇ ਵਿੱਚ ਗੱਲ ਕਰਨੀ ਹੋਵੇ। ਤੇ ਜਦੋਂ ਪੋਲੀਟੀਕਲ ਅਸੈਸੀਨੇਸ਼ਨ ਦੀ ਗੱਲ ਆ ਤਾਂ ਉੱਥੇ ਵੀ ਇਹ ਸੇਮ ਇਸੇ ਤਰ੍ਹਾਂ ਦਾ ਜਿਹੜਾ ਪੈਟਰਨ ਆ ਇੰਡੀਆ ਨੇ ਅਡੋਪਟ ਕੀਤਾ ਆ, ਜਿਹਦੀਆਂ ਪਰਤਾਂ ਅਸੀਂ ਜਿਹੜਾ US ਦਾ ਸਾਰਾ ਕੇਸ ਆ ਗੁਰਪਤਵੰਤ ਸਿੰਘ ਪੰਨੂ ਦਾ ਉਹਦੇ 'ਚ ਖੁੱਲੀਆਂ ਦੇਖੀਆਂ ਨੇ ਕਿ ਕਿਵੇਂ ਜਿਹੜਾ ਉਹ ਇੱਕ ਕ੍ਰਿਮੀਨਲ ਬੰਦਾ ਸੀ ਜਿਹਨੂੰ ਅਰੈਸਟ ਕੀਤਾ ਗਿਆ ਹੁਣ, ਕਿ ਕਿਵੇਂ ਉਹਨੂੰ ਇੰਡੀਅਨ ਜਿਹੜੇ ਏਜੰਟਸ ਨੇ ਉਹ ਯੂਜ਼ ਕਰ ਰਹੇ ਸੀ, ਫਿਰ ਅੱਗੇ ਉਹ ਐਜ਼ ਆ ਪ੍ਰੋਕਸੀ ਕੰਮ ਕਰ ਰਿਹਾ ਸੀ ਜਿਹਨੂੰ ਹੁਣ ਅਰੈਸਟ ਕੀਤਾ ਆ, ਮੈਨੂੰ ਉਹਦਾ ਨਾਂ ਭੁੱਲ ਗਿਆ ਜੀ, ਨਿਖਿਲ ਗੁਪਤਾ, ਨਾਂ ਯਾਦ ਕਰਾ ਦਿਓ, ਨਿਖਿਲ ਗੁਪਤਾ, ਹਾਂ ਨਿਖਿਲ ਗੁਪਤਾ, ਉਹ ਇੱਕ ਪ੍ਰੋਕਸੀ ਸੀ ਤੇ ਉਹ ਪ੍ਰੋਕਸੀ ਜਿਹੜਾ ਆ ਅੱਗੇ ਉਹ ਬੰਦਿਆਂ ਨੂੰ ਹਾਇਰ ਕਰ ਰਿਹਾ ਸੀ ਵੀ ਉਹ ਡਿਫਰੈਂਟ ਤਰੀਕੇ ਯੂਜ਼ ਕਰ ਰਿਹਾ ਸੀ, ਪਰ ਜਿਹੜਾ ਉਹਦੇ ਉਹ ਪੈਸਾ ਯੂਜ਼ ਕਰ ਰਿਹਾ ਸੀ ਉਹ ਇੰਡੀਅਨ ਗਵਰਨਮੈਂਟ ਦਾ ਯੂਜ਼ ਕਰ ਰਿਹਾ ਸੀ, ਜੋ ਕਿ US ਗਵਰਨਮੈਂਟ ਜਿਹੜੀ ਆ ਉਹ ਮਤਲਬ ਸਾਰੇ ਟ੍ਰਾਇਲ ਦੇ ਵਿੱਚ ਇਹ ਗੱਲ ਸਾਹਮਣੇ ਆ ਚੁੱਕੀ ਆ। ਤਾਂ ਇਸੇ ਕਰਕੇ ਜਿਹੜੇ ਅਸੀਂ ਦੇਖ ਰਹੇ ਹਾਂ ਵੀ ਮਤਲਬ ਅਮਰਵੀਰ ਸਿੰਘ ਜੀ ਇਹ ਗੱਲ ਬੜੀ ਧਿਆਨ ਦੇਣ ਵਾਲੀ ਆ ਕਿ ਫਿਰ ਜਿਹੜਾ ਇਹ ਸਾਰਾ ਪੈਟਰਨ ਅਪਣਾਇਆ ਗਿਆ ਜਿਹਦੇ ਵਿੱਚ
ਕਈ ਜਿਹੜੇ ਸਿੱਖ ਲੀਡਰ ਨੇ ਉਹਨਾਂ ਦੀਆਂ ਅਸੈਸੀਨੇਸ਼ਨਸ ਹੋ ਚੁੱਕੀਆਂ ਨੇ, ਹਰਦੀਪ ਸਿੰਘ ਨਿੱਜਰ ਤੋਂ ਲੈ ਕੇ ਪਰਮਜੀਤ ਸਿੰਘ ਪਾਂਜਵੜ ਹੋਰਾਂ ਤੱਕ, ਤੇ ਉਸ ਤੋਂ ਇਲਾਵਾ ਵੀ ਵੱਡੇ ਪੱਧਰ ਦੇ ਉੱਤੇ ਜਿਹੜੇ ਸਿੱਖ ਐਕਟਿਵਿਸਟ ਨੇ ਉਹਨਾਂ ਦੀਆਂ ਅਸੈਸੀਨੇਸ਼ਨਸ ਦੇ ਜਿਹੜੇ ਕੰਟਰੈਕਟ ਨੇ ਉਹ ਦਿੱਤੇ ਜਾ ਚੁੱਕੇ ਆ, ਤੇ ਜਿਹੜੇ ਕਿ ਉਹ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਕੰਟਰੈਕਟਸ ਨੇ ਉਹ ਐਕਟਿਵ ਆ। ਜੇ ਅਸੀਂ ਇਹਨਾਂ ਇੰਟੈਲੀਜੈਂਸ ਇਨਪੁਟਸ ਨੂੰ ਮੰਨੀਏ ਜੋ ਕੈਨੇਡਾ ਦੀਆਂ ਜਾਂ US ਤੋਂ ਸਾਡੇ ਸਾਹਮਣੇ ਆ ਰਹੀਆਂ ਨੇ, ਤੇ ਆ ਲੇਟੈਸਟ ਵੀ ਜਿਹੜੀ ਆਈ ਆ ਜਾਂ ਫਿਰ ਜੋ US ਦੇ ਵਿੱਚ ਅਟੈਕ ਹੋਇਆ ਸਿੱਖ ਐਕਟਿਵਿਸਟ ਦੇ ਉੱਤੇ, ਤਾਂ ਹੁਣ ਇਹਦੇ ਵਿੱਚ ਅਮਰਵੀਰ ਸਿੰਘ ਜੀ ਇਹ ਗੱਲ ਸਿੱਖ ਜਿਹੜੇ ਆ ਕੈਨੇਡਾ ਦੇ ਵਿੱਚ ਵੀ ਵਾਰ ਵਾਰ ਕਹਿ ਰਹੇ ਆ, USA ਦੇ ਵਿੱਚ ਵੀ ਵਾਰ ਵਾਰ ਕਹਿ ਰਹੇ ਆ ਕਿ ਜਿੰਨੇ ਵੱਡੇ ਪੱਧਰ ਤੇ ਕਾਰਵਾਈ ਹੋਣੀ ਚਾਹੀਦੀ ਸੀ ਇੰਡੀਆ ਦੇ ਇਸ ਅਟੈਂਪਟ ਦੇ ਲਈ, ਜਿਹੜੀ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਕੀਤਾ ਜਿਹਦੇ ਵਿੱਚ ਤੁਸੀਂ ਸੋਵਰੈਨਿਟੀ ਤੇ ਅਟੈਕ ਕੀਤਾ ਆ ਵੈਸਟਰਨ ਕੰਟਰੀਜ਼ ਦੀ ਜੀ, ਤੇ ਉਸ ਮਾਮਲੇ ਦੇ ਵਿੱਚ 19 ਸਖਤ ਕਾਰਵਾਈ ਭਾਵੇਂ ਉਹ ਕਿਸੇ ਸੈਂਕਸ਼ਨਸ ਦੇ ਰੂਪ ਦੇ ਵਿੱਚ ਹੋਵੇ, ਭਾਵੇਂ ਉਹ ਇੰਡੀਅਨ ਜਿਹੜੇ ਹਾਈ ਕਮਿਸ਼ਨ ਨੇ ਇਹਨਾਂ ਮੁਲਕਾਂ ਦੇ ਵਿੱਚ ਉਹਨਾਂ ਦੇ ਉੱਤੇ ਕਾਰਵਾਈ ਦੇ ਰੂਪ ਦੇ ਵਿੱਚ ਹੋਵੇ, ਉਹ ਹਜੇ ਤੱਕ ਨਜ਼ਰ ਨਹੀਂ ਆਇਆ। ਤੇ ਮਤਲਬ ਇਹ ਹੁਣ ਤੱਕ ਸਿੱਖਾਂ ਦੇ ਵਿੱਚ, ਖਾਸ ਤੌਰ ਤੇ ਕੈਨੇਡਾ ਦੇ ਵਿੱਚ, ਇਹ ਸਵਾਲ ਹੁਣ ਸਿੱਖਾਂ ਦੇ ਵਿੱਚ ਪੈਦਾ ਹੋ ਰਿਹਾ ਆ ਕੈਨੇਡੀਅਨ ਗਵਰਨਮੈਂਟ ਦੇ ਲਈ ਕਿ ਜੇ ਤੁਹਾਨੂੰ ਇੰਨੀ ਜ਼ਿਆਦਾ ਇਨਫੋਰਮੇਸ਼ਨ ਹੈਗੀ ਆ, ਜੇ ਤੁਹਾਡੇ ਕੋਲ ਇੰਨੀਆਂ ਜ਼ਿਆਦਾ ਇਨਪੁਟਸ ਹੈਗੀਆਂ ਨੇ, ਤੇ ਤੁਹਾਡੇ ਜਿਹੜੇ ਸਿਟੀਜ਼ਨਸ ਨੇ ਉਹਨਾਂ ਨੂੰ ਕੋਈ ਬਾਹਰਲਾ ਮੁਲਕ ਜਿਹੜਾ ਆ ਉਹ ਤੁਹਾਡੀ ਕੰਟਰੀ 'ਚ ਆ ਕੇ ਮਾਰ ਰਿਹਾ ਆ, ਦੈਨ ਫਿਰ ਤੁਸੀਂ ਕਿਉਂ ਉਸ ਮੁਲਕ ਦੇ ਉੱਤੇ ਕੋਈ ਸਖ਼ਤ ਕਾਰਵਾਈ ਉਵੇਂ ਦੀ ਨਹੀਂ ਕਰ ਰਹੇ? ਜੇ ਹੁਣ ਇਹ ਸਿੱਖਾਂ 'ਚ ਇਹ ਵੀ ਗੱਲ ਹੋ ਰਹੀ ਆ ਕਿ ਜੇ ਸਿੱਖਾਂ ਦੀ ਬਜਾਏ ਕੋਈ ਇੱਥੇ ਹੋਰ ਕੈਨੇਡੀਅਨ ਮਤਲਬ ਜਿਹੜਾ ਵੈਸਟਰਨ ਮੂਲ ਦਾ ਟਾਰਗੇਟ ਇਸ ਤਰ੍ਹਾਂ ਦਾ ਹੋਇਆ ਹੁੰਦਾ, ਤਾਂ ਸ਼ਾਇਦ ਜਿਹੜਾ ਰਵੱਈਆ ਆ ਉਹ ਸਰਕਾਰ ਦਾ ਡਿਫਰੈਂਟ ਹੁੰਦਾ, ਤੇ ਵੀ ਸਿੱਖਾਂ ਦੇ ਲਈ ਅੱਜ ਇਹ ਮਸਲਾ ਆ ਵੀ ਸਿੱਖ ਕਿਉਂਕਿ ਇੱਕ ਨੇਸ਼ਨ ਲੈਸ, ਇੱਕ ਕੰਟਰੀ ਲੈਸ ਕੌਮ ਆ ਜਿਹਨਾਂ ਦੇ ਕੋਲ ਕੋਈ ਆਪਣਾ ਸੋਵਰਨ ਨੇਸ਼ਨ ਨਹੀਂ ਆ, ਤੇ ਇਸ ਕਰਕੇ ਜਿਹੜੀ ਸਿੱਖਾਂ ਦੀ ਇਸ ਸਾਰੇ ਮਾਮਲੇ 'ਚ ਵੀ ਅਸੀਂ ਦੇਖ ਰਹੇ ਹਾਂ ਵੀ ਜਿਹੜੀ ਸੁਣਵਾਈ ਆ ਉਸ ਪੱਧਰ 'ਤੇ ਨਹੀਂ ਹੋ ਰਹੀ ਆ, ਤੇ ਸਿੱਖਾਂ ਦੇ ਉੱਤੇ ਜਿਹੜੇ ਅਟੈਕ ਨੇ ਇਹਨਾਂ ਕੰਟਰੀਜ਼ ਦੇ ਵਿੱਚ ਵੀ ਲਗਾਤਾਰ ਹੋ ਰਹੇ ਆ, ਤੇ ਜਿਹੜੀ ਸਟੇਟਮੈਂਟ ਵੀ ਆ ਅੱਜ ਜਿਹੜੇ ਐਕਟਿਵਿਸਟ ਨੇ ਇੰਦਰਜੀਤ ਸਿੰਘ ਗੋਸਲ ਦੀ, ਤਾਂ ਮੈਂ ਜ਼ਰੂਰ ਪੜ੍ਹ ਕੇ ਸੁਣਨੀ ਚਾਹੁੰਦਾ ਜੀ। ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਆ ਕਿ ਮੈਂ ਸਟੇਟਮੈਂਟ ਲੱਭ ਰਿਹਾ, ਮੈਨੂੰ ਪਰ ਲੱਭ ਨਹੀਂ ਰਹੀ, ਪਰ ਮੈਂ ਵੈਸੇ ਉਹਦੀ ਭਾਵਨਾ ਦੱਸ ਦਿੰਦਾ ਕਿ ਉਹ ਕਹਿੰਦੇ ਕਿ ਮੈਨੂੰ ਇਹ ਸੀ ਕਿ ਅਸੀਂ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਵੀ ਇਸ ਸੋਹਣੇ ਮੁਲਕ ਦੇ ਵਿੱਚ ਰਹਿ ਕੇ ਤੇ ਆਪਣੀ ਗੱਲ ਕਰ ਰਹੇ ਹਾਂ ਤੇ ਅਸੀਂ ਇੱਥੇ ਸੇਫ ਹਾਂ, ਪਰ ਉਹ ਕਹਿੰਦੇ ਵੀ ਸਾਨੂੰ ਹੁਣ ਇਹ ਲੱਗ ਰਿਹਾ ਵੀ ਭਾਰਤ ਸਾਡਾ ਇੱਥੇ ਵੀ ਜਿਹੜਾ ਆ ਉਹ ਪਿੱਛਾ ਨਹੀਂ ਛੱਡ ਰਿਹਾ, ਸਾਨੂੰ ਇੱਥੇ ਵੀ ਡੈਮੋਕ੍ਰੈਟਿਕ ਲੀਗ ਆਪਣੀ ਗੱਲ ਨਹੀਂ ਕਰਨ ਦੇ ਰਿਹਾ ਜੀ। ਉਹਨਾਂ ਦੀ ਸਟੇਟਮੈਂਟ ਜੋ ਲੱਗੀ ਆ, ਉਹਨਾਂ ਨੇ ਕਿਹਾ ਕਿ ਆਈ ਵਾਸ ਥਿੰਕਿੰਗ ਆਈ ਵਾਸ ਸੇਫ ਹੇਅਰ ਇਨ ਅ ਬਿਊਟੀਫੁਲ ਕੰਟਰੀ ਲਾਈਕ ਕੈਨੇਡਾ, ਬਟ ਕਲੀਅਰਲੀ ਇੰਡੀਆ ਇਜ਼ ਨੋਟ ਲੈਟਿੰਗ ਅਪ। ਤਾਂ ਇਹ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਇੰਡੀਆ ਦੇ ਅਟੈਕ ਨੇ ਸਿੱਖਾਂ ਦੇ ਉੱਤੇ, ਸਿੱਖ ਐਕਟਿਵਿਸਟ ਦੇ ਉੱਤੇ, ਡੈਮੋਕ੍ਰੈਟਿਕ ਸਿੱਖ ਐਕਟਿਵਿਜ਼ਮ ਦੇ ਉੱਤੇ, ਉਹ ਹਜੇ ਵੀ ਨਹੀਂ ਰੁਕ ਰਹੇ ਆ ਜੀ। ਬਿਲਕੁਲ, ਇਸ ਸਾਰੇ ਘਟਨਾਕ੍ਰਮ ਤੋਂ ਮਤਲਬ ਸਾਡੇ ਸਾਹਮਣੇ ਇਹੀ ਆਉਂਦਾ ਵੀ ਜਿਹੜੇ ਲੋਕ, ਜਿਹੜੀਆਂ ਪੰਥਕ ਧਿਰਾਂ ਜਾਂ ਜਿਹੜੀਆਂ ਔਰਗਨਾਈਜੇਸ਼ਨਸ ਇਸ ਸਾਰੇ ਪਾਰਟ ਦੇ ਨਾਲ ਜੁੜੀਆਂ ਹੋਈਆਂ ਨੇ, ਜਿਹੜੇ ਐਕਟਿਵਿਸਟ, ਸਿੱਖ ਐਕਟਿਵਿਸਟ ਹੈਗੇ ਆ ਨੌਰਥ ਅਮੈਰੀਕਾ ਦੇ ਵਿੱਚ ਹੋਣ ਜਾਂ ਈਵਨ ਹੋਰ ਮੁਲਕਾਂ ਦੇ ਵਿੱਚ ਹੋਣ, ਇੱਥੋਂ ਇਹ ਜਾਪਦਾ ਆ ਵੀ ਹਜੇ ਵੀ ਜਿਹੜਾ ਖਤਰਾ ਆ ਉਹ ਜਿਉਂਦਾ ਤਿਉਂ ਬਰਕਰਾਰ ਹੈ, ਅਤੇ ਕਿਸੇ ਵੀ ਕਿਸਮ ਦੇ ਨਾਲ ਵੇਸਲੇ ਹੋਣ ਤੋਂ ਬਚਿਆ ਜਾਵੇ, ਅਤੇ ਜਿਹੜੀ ਆਪਣੀ ਜਿਹੜੀ
ਭਾਵੇਂ ਕਿ ਈਵਨ ਜਦੋਂ ਜਿਵੇਂ ਤੁਸੀਂ RCMP ਦਾ ਜ਼ਿਕਰ ਕੀਤਾ, ਜਦੋਂ ਉਹਨਾਂ ਤੱਕ ਪਹੁੰਚ ਕੀਤੀ ਗਈ ਹੈ ਮੀਡੀਆ ਵੱਲੋਂ, ਗਲੋਬਲ ਨਿਊਜ਼ ਵੱਲੋਂ ਜਿਹਦੀ ਸਟੋਰੀ 'ਤੇ ਅਸੀਂ ਗੱਲ ਕਰ ਰਹੇ ਹਾਂ, ਉਸ ਉਹਨਾਂ ਵੱਲੋਂ ਵੀ ਉਹਨਾਂ ਨੂੰ ਪੁੱਛਿਆ ਗਿਆ ਜਾਂ ਫਰਦਰ ਇਨਫੋਰਮੇਸ਼ਨ ਲੈਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਹਨਾਂ ਦਾ ਇਹੀ ਜਵਾਬ ਸੀ ਕਿ ਭਾਈ ਸਾਡਾ ਜਿਹੜਾ ਕਨੈਕਸ਼ਨ ਹੈਗਾ ਜਾਂ ਅਸੀਂ ਡਿਊਟੀ ਟੂ ਵਾਰਨ ਇਸ਼ੂ ਕਰਨੀ ਹੁੰਦੀ ਹੈ ਉਸ ਪਰਸਨ ਨੂੰ, ਉਸ ਬੰਦੇ ਨੂੰ ਜਿਹਦੇ 'ਤੇ ਸਾਨੂੰ ਥਰੈਟ ਨਜ਼ਰ ਆ ਰਿਹਾ, ਅਸੀਂ ਉਹਦੀ ਸਿਕਿਉਰਿਟੀ ਨੂੰ ਮੁੱਖ ਰੱਖਦਿਆਂ ਹੋਇਆਂ ਕੋਈ ਵੀ ਪਬਲਿਕਲੀ ਕੋਈ ਹੋਰ ਇਨਫੋਰਮੇਸ਼ਨ ਦੇਣ ਤੋਂ ਅਸੀਂ ਗੁਰੇਜ਼ ਕਰਦੇ ਹਾਂ ਅਤੇ ਅਸੀਂ ਇਹਦੇ 'ਤੇ ਹੋਰ ਕੋਈ ਜਾਣਕਾਰੀ ਨਹੀਂ ਸਾਂਝੀ ਕਰ ਸਕਦੇ, ਭਾਵੇਂ ਕਿ ਅੱਗੋਂ ਉਹ ਬੰਦਾ ਜਾਣਕਾਰੀ ਸਾਂਝੀ ਕਰ ਰਿਹਾ ਆ ਉਸ ਦੇ ਬਾਵਜੂਦ ਵੀ। ਸੋ ਇਸ ਨੂੰ ਮੁੱਖ ਰੱਖਦਿਆਂ ਹੋਇਆਂ ਇੱਥੇ ਏਜੰਸੀਆਂ ਦੀ ਵੀ ਸਾਨੂੰ ਸਮਝਣ ਦੀ ਲੋੜ ਹੈਗੀ ਹੈ ਵੀ ਉਹ ਡਿਊਟੀ ਟੂ ਵਾਰਨ ਤੱਕ ਉਹ ਰੱਖਦੇ ਆ, ਪਰ ਉਸ ਤੋਂ ਬਿਯੋਂਡ ਜਾ ਕੇ ਕੋਈ ਹੋਰ ਕਿਸੇ ਕਿਸਮ ਦਾ ਸਿਕਿਉਰਿਟੀ ਕਵਰ ਦੀ ਗੱਲ ਆਉਂਦੀ ਹੈ ਜਾਂ ਕੋਈ ਹੋਰ ਕਿਸੇ ਕਿਸਮ ਦੀ ਕੋਈ ਵਾਈਡਰ ਅਪਰੋਚ ਦੀ ਗੱਲ ਆਉਂਦੀ ਹੈ, ਉੱਥੇ ਆ ਕੇ ਇਹਨਾਂ ਦਾ ਵੀ ਜਿਹੜਾ ਦਾਇਰਾਕਾਰ ਹੈ ਕੰਮ ਕਰਨ ਦਾ ਉੱਥੇ ਆ ਕੇ ਖਤਮ ਹੋ ਜਾਂਦਾ, ਉੱਥੇ ਤੱਕ ਹੀ ਇਹ ਸੀਮਤ ਰਹਿੰਦੇ ਆ। ਸੋ ਕਿਤੇ ਨਾ ਕਿਤੇ ਉਹ ਜਿਹੜੀ ਪੋਜੀਸ਼ਨ ਹੈ ਉਹ ਬੰਦੇ ਦੇ ਉੱਤੇ ਆਪ ਦੇ ਉੱਤੇ ਆ ਜਾਂਦੀ ਹੈ ਕਿ ਤੁਸੀਂ ਆਪਣੇ ਆਪ ਨੂੰ ਕਿਵੇਂ ਆਪਣੀ ਜਿਹੜੀ ਮੂਵਮੈਂਟ ਹੈ ਉਹਨੂੰ ਤੁਸੀਂ ਰੱਖਣਾ ਆ ਤਾਂ ਕਿ ਤੁਸੀਂ ਇਸ ਸਾਰੇ ਪਾਰਟ ਤੋਂ ਤੁਹਾਡਾ ਬਚਾਅ ਹੋ ਸਕੇ। ਪਰ ਇਹ ਗੱਲ ਇੱਥੇ ਜ਼ਰੂਰ ਦੇਖਣ ਵਾਲੀ ਹੈ ਵੀ ਜੇ ਇਹ ਸਾਰੀ ਸਿਚੁਏਸ਼ਨ ਹੁਣ ਤੱਕ ਜਿਉਂ ਦੀ ਤਿਉਂ ਬਣੀ ਹੋਈ ਹੈ ਤਾਂ ਅੱਗੇ ਕੀ ਐਕਸਪੈਕਟ ਕੀਤਾ ਜਾ ਸਕਦਾ ਆ, ਕਿਉਂਕਿ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਹੁਣ ਭਾਰਤ ਦੇ ਹਵਾਲੇ ਨਾਲ ਜੇ ਅਮਰੀਕਾ ਅਤੇ ਕੈਨੇਡਾ ਕੋਲ ਇਸ ਕਿਸਮ ਦੀ ਗੱਲਬਾਤ ਹੁੰਦਿਆਂ ਹੋਇਆਂ ਪਬਲਿਕ ਓਪੀਨੀਅਨ ਐਵੇਂ ਬਣਨ ਦੇ ਬਾਵਜੂਦ ਜੇ ਭਾਰਤ ਨੂੰ ਕਟਹਿਰੇ ਦੇ ਵਿੱਚ ਨਹੀਂ ਖੜਾ ਕੀਤਾ ਜਾ ਰਿਹਾ ਜਾਂ ਇਹਦੇ 'ਤੇ ਸਵਾਲ ਉੱਠ ਰਹੇ ਆ ਕਿ ਕਿਉਂ ਜਿਹੜੀ ਕਾਰਵਾਈ ਹੈ ਉਹ ਹਜੇ ਸਖਤੀ ਦੇ ਨਾਲ ਨਹੀਂ ਕੀਤੀ ਜਾ ਰਹੀ, ਤਾਂ ਫਿਰ ਉੱਥੇ ਜਾ ਕੇ ਗੱਲ ਆ ਜਾਂਦੀ ਹੈ ਇੰਟਰਸਟ ਦੀ। ਜਿਹੜੇ ਜੀਓਪੋਲੀਟੀਕਲ ਇੰਟਰਨੈਸ਼ਨਲ ਇੰਟਰਸਟ ਨੇ ਉਹ ਟ੍ਰੇਡ ਇੰਟਰਸਟ ਹੋਣ, ਅਦਰਵਾਈਜ਼ ਜਿਹੜੀਆਂ ਸਾਂਝਾਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਨੇ ਉਹਨਾਂ ਦੀ ਗੱਲ ਹੋਵੇ, ਉਸ ਨੂੰ ਮੁੱਖ ਰੱਖਦਿਆਂ ਹੋਇਆਂ ਕੀ ਸਮਝਦੇ ਹੋ ਕਿ ਜਿਹੜੀ ਇਸ ਵਕਤ ਇੰਟਰਨੈਸ਼ਨਲ ਸਿਚੁਏਸ਼ਨ ਬਣੀ ਹੋਈ ਹੈ, ਅਮਰੀਕਾ ਜਿਸ ਹਿਸਾਬ ਨਾਲ ਡੀਲ ਕਰ ਰਿਹਾ ਆ ਭਾਰਤ ਦੇ ਨਾਲ, ਹੁਣ ਯੂਕਰੇਨ ਦੇ ਵਿੱਚ ਜੋ ਸਥਿਤੀ ਬਣੀ ਹੋਈ ਹੈ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਮੋਦੀ ਉੱਥੇ ਜਾ ਕੇ ਆਏ ਆ ਅਤੇ ਉਹ ਤੋਂ ਬਾਅਦ ਮੋਦੀ ਨੇ ਬਾਈਡਨ ਨਾਲ ਗੱਲ ਕੀਤੀ ਹੈ। ਅੱਜ ਦੀ ਜਿਹੜੀ ਖਬਰ ਸੀਗੀ ਕਿ ਮੋਦੀ ਨੇ ਪੁਤਿਨ ਦੇ ਨਾਲ ਗੱਲ ਕੀਤੀ ਹੈ, ਯੂਕਰੇਨ ਦੀ ਸਾਰੀ ਸਿਚੁਏਸ਼ਨ 'ਤੇ ਉਹ ਜਿਹੜੀ ਹੈ ਵਾਰਤਾਲਾਪ ਕਰ ਰਹੇ ਆ ਇਹ ਸਾਰੇ ਆਗੂ ਆਪਸ ਦੇ ਵਿੱਚ। ਸੋ ਫੈਕਟਰ ਇਕੱਲਾ ਇੱਕ ਨਹੀਂ ਹੁੰਦਾ ਹੈਗਾ, ਇਹਦੇ ਵਿੱਚ ਇਹ ਸਾਰੇ ਪਾਰਟ ਦੀਆਂ ਇੰਟਰਨੈਸ਼ਨਲ ਰੈਮੀਫਿਕੇਸ਼ਨਸ ਬਹੁਤ ਹੈਗੀਆਂ ਨੇ, ਉਹ ਸਾਨੂੰ ਸਮਝਣ ਦੀ ਲੋੜ ਹੈ। ਜਦੋਂ ਉਸ ਪਰਸਪੈਕਟਿਵ ਤੋਂ ਦੇਖਦੇ ਹਾਂ ਤਾਂ ਕੀ ਨਜ਼ਰ ਆਉਂਦਾ ਕਿ ਅਮਰੀਕਾ ਦੀ ਜਿਹੜੀ ਅਪਰੋਚ ਹੈ ਭਾਰਤ ਦੇ ਪ੍ਰਤੀ ਉਹ ਕਿੰਨੀ ਕੁ ਚੇਂਜ ਹੋਈ ਹੈ ਅਤੇ ਅੱਜ ਉਹ ਕਿੱਥੇ ਖਲੋਤੀ ਨਜ਼ਰ ਆਉਂਦੀ ਹੈ ਅਤੇ ਆਉਣ ਵਾਲੇ ਸਮੇਂ 'ਚ ਅਸੀਂ ਕੀ ਐਕਸਪੈਕਟ ਕਰ ਸਕਦੇ ਹਾਂ? ਅਮਰਵੀਰ ਸਿੰਘ ਜੀ, ਬਿਲਕੁਲ। ਦੇਖੋ, ਉਸ ਖਿੱਤੇ ਦੇ ਵਿੱਚ ਜਿੱਥੇ ਭਾਰਤ ਦਾ ਜਿਹੜਾ ਖਿੱਤਾ ਆ, ਤਾਂ ਓਬੀਅਸ ਜੀ ਗੱਲ ਆ ਵੀ ਜਿਹੜੀ ਉੱਥੇ US ਦੀ ਪੋਲਿਸੀ ਆ ਸਾਰੀ, ਉਹ ਸਾਰੀ ਚਾਈਨਾ ਫੋਕਸਡ ਆ, ਮਤਲਬ ਉਹ ਸਾਊਥ ਚਾਈਨਾ ਸੀ ਫੋਕਸਡ ਆ ਜੀ, ਤੇ ਉਸ ਮੁਤਾਬਕ ਹੀ US ਨੇ ਕੋਈ ਵੀ ਆਪਣਾ ਅਸੀਂ ਕਹਿ ਸਕਦੇ ਹਾਂ ਕਿ ਸਟੈਂਡ ਉੱਥੇ ਉਸ ਖਿੱਤੇ ਦੇ ਵਿੱਚ ਲੈਣੇ ਆ। ਤੇ ਉਸ ਸਾਰੇ ਵਿੱਚ ਅਸੀਂ ਉਹ ਬੜੀ ਵਾਰ ਡਿਸਕਸ ਕਰ ਚੁੱਕੇ ਹਾਂ ਵੀ ਇੰਡੀਆ ਜਿਹੜਾ ਆ ਉਹ ਇਸ ਸਮੇਂ ਮਤਲਬ ਇੰਪੋਰਟੈਂਟ ਪਲੇਅਰ ਆ ਉਸ ਖਿੱਤੇ ਦੇ ਵਿੱਚ, ਤੇ ਇੰਡੀਆ ਦੇ ਮਤਲਬ US ਜਿਹੜਾ ਆ ਉਹ ਇੰਡੀਆ ਤੋਂ ਕੀ ਚਾਹੁੰਦਾ ਆ, ਕੀ ਕਰਾਉਣਾ ਚਾਹੁੰਦਾ ਆ, ਤੇ ਨੋ ਬੈਟਰ ਪਰ ਦੇਖ ਰਿਹਾ ਆ
ਕਿ US ਜਿਹੜਾ ਆ ਉਹ ਇੰਡੀਆ ਨੂੰ ਪੁਸ਼ ਕਰਕੇ ਜਿਵੇਂ ਇੱਕ ਖੂੰਜੇ ਚਲਾਉਣਾ ਹੁੰਦਾ ਹੈ ਤੇ ਖੂੰਜੇ ਚਲਾ ਕੇ ਫਿਰ ਆਪਣੀ ਗੱਲ ਮਨਾਉਣੀ ਹੁੰਦੀ ਆ ਵੀ ਉਧਰ ਨੂੰ ਵੱਧ ਰਿਹਾ ਤੇ ਉਹ ਸਾਰੇ ਮਾਮਲੇ ਦੇ ਵਿੱਚ ਇੰਡੀਆ ਨੂੰ ਖੂੰਜੇ ਲਾਉਣ ਵਾਲੇ ਮਾਮਲੇ ਦੇ ਵਿੱਚ ਜਿਹੜੀ ਹੁਣ ਤੱਕ ਦੀ US ਦੀ ਅਪਰੋਚ ਆ ਮੈਂ ਜੋ ਕੰਸੀਡਰ ਕਰਦਾ ਜਾਂ ਮੈਨੂੰ ਜੋ ਲੱਗਦਾ ਵੀ ਉਹ ਇਹ ਆ ਵੀ ਉਹ ਸਿੱਖ ਵੀ ਉਹਦੇ ਵਿੱਚ ਇੱਕ ਆਸਪੈਕਟ ਜਿਹੜਾ ਆ ਉਹ ਪਲੇ ਕਰ ਰਹੇ ਆ ਵੀ ਜਿਹੜਾ ਇੰਡੀਆ ਨੂੰ ਖੂੰਜੇ ਲਾਉਣ ਵਾਲੀ ਗੱਲ ਆ ਤੇ ਪਰ ਮਤਲਬ ਇਹ ਸਿੱਖਾਂ ਦੇ ਲਈ ਹੁਣ ਸਮਝਣ ਦੀ ਲੋੜ ਆ ਇਸ ਸਮੇਂ ਕਿ ਜੀਓ ਪੋਲੀਟੀਕਲ ਜਿਹੜੇ ਸ਼ਿਫਟ ਹੁੰਦੇ ਆ ਜਿਹੜੇ ਜੀਓ ਪੋਲੀਟੀਕਲ ਤਬਦੀਲੀਆਂ ਆਉਣੀਆਂ ਹੁੰਦੀਆਂ ਜਿਸ ਸਮੇਂ ਦੇ ਵਿੱਚ ਉਦੋਂ ਹੀ ਜਿਹੜੇ ਕੌਮਾਂ ਦੇ ਭਵਿੱਖ ਆ ਉਹ ਤੈਅ ਹੁੰਦੇ ਆ ਤੇ ਸਿੱਖਾਂ ਦੇ ਲਈ ਇਹ ਜ਼ਰੂਰੀ ਆ ਕਿ ਸਿੱਖਾਂ ਦੀ ਜਿਹੜੀ ਜੀਓ ਪੋਲੀਟੀਕਲ ਪੋਲਿਸੀ ਆ ਉਹ ਆਪਣੀ ਵੀ ਹੋਣੀ ਚਾਹੀਦੀ ਆ ਜਿਹੜੀ ਕਿ ਇੰਨੇ ਲੰਮੇ ਸਮੇਂ ਦੇ ਵਿੱਚ ਬਣਨੀ ਚਾਹੀਦੀ ਸੀ ਜਦੋਂ ਤੋਂ ਮੂਵਮੈਂਟ ਚੱਲ ਰਹੀ ਆ ਸਿੱਖਾਂ ਦੀ ਇੰਨਾ ਲੰਮਾ ਸੰਘਰਸ਼ ਲੜਿਆ ਗਿਆ ਆ ਪਰ ਇਹ ਹੁਣ ਮਤਲਬ ਇਸ ਗੱਲ ਨੂੰ ਸਿੱਖਾਂ ਨੂੰ ਮੰਨਣਾ ਚਾਹੀਦਾ ਆ ਵੀ ਅਸੀਂ ਕਿਤੇ ਨਾ ਕਿਤੇ ਜਿਹੜੀ ਆਪਣੀ ਇੰਡੀਪੈਂਡੈਂਟ ਪੋਲਿਸੀ ਆ ਜਿਹੜੀ ਓਨਲੀ ਬੇਸਡ ਔਨ ਦਾ ਸਿੱਖ ਇੰਟਰਸਟ ਹੋਵੇ ਉਹ ਅਸੀਂ ਬਣਾਉਣ ਦੇ ਵਿੱਚ ਕਾਮਯਾਬ ਨਹੀਂ ਰਹੇ ਜਾਂ ਸਾਡੇ ਕੋਲ ਉਹੋ ਜਿਹੇ ਰਿਸੋਰਸ ਨਹੀਂ ਬਣ ਪਾਏ ਪਰ ਕਈ ਵਾਰ ਜੋ ਦਹਾਕਿਆਂ 'ਚ ਨਹੀਂ ਹੁੰਦਾ ਉਹ ਕੁਝ ਮਹੀਨਿਆਂ ਦੇ ਵਿੱਚ ਵਾਪਰਦਾ ਆ ਇਤਿਹਾਸ ਦੇ ਵਿੱਚ ਵਾਪਰਦਾ ਦੇਖਿਆ ਗਿਆ ਤੇ ਸਿੱਖਾਂ ਦੇ ਲਈ ਇਹ ਜ਼ਰੂਰੀ ਆ ਕਿ ਸਿਰਫ ਉਹ ਆਪਣੀ ਜਿਹੜੀ ਪੋਲੀਟੀਕਲ ਕੌਨਸ਼ੀਅਸਨੈਸ ਆ ਉਹਨੂੰ ਉੱਚਾ ਕਰਨ ਉਹਦੀ ਸੁਰਤ ਨੂੰ ਉੱਚੀ ਚੁੱਕਣ ਤੇ ਆਪਣੇ ਇਤਿਹਾਸ ਤੋਂ ਤੇ ਦੁਨੀਆਂ ਦੇ ਵਿੱਚ ਜੋ ਵਾਪਰ ਰਿਹਾ ਆ ਜੋ ਤਬਦੀਲੀਆਂ ਆ ਰਹੀਆਂ ਨੇ ਜਿਵੇਂ ਪਾਸੇ ਲਏ ਜਾ ਰਹੇ ਆ ਉਹਦੇ ਵਿੱਚ ਆਪਣੇ ਇੰਟਰਸਟ ਨੂੰ ਸੈਂਟਰ 'ਚ ਰੱਖ ਕੇ ਤੇ ਉਹ ਦੁਨੀਆਂ ਦੇ ਮੁਲਕਾਂ ਦੇ ਨਾਲ ਦੁਨੀਆਂ ਦੇ ਮੁਲਕਾਂ ਦੇ ਦੇ ਜਿਹੜੇ ਡਿਪਲੋਮੈਟ ਨੇ ਉਹਨਾਂ ਦੇ ਨਾਲ ਜਿਹੜੀ ਆ ਗੱਲਬਾਤ ਤੋਰਨ ਇਹ ਗੱਲਬਾਤ ਜਿਹੜੀ ਉਹ ਰਿਸਕ ਵਾਲੀ ਜ਼ਰੂਰ ਹੁੰਦੀ ਆ ਤੁਸੀਂ ਬੜਾ ਕੁਛ ਆਪਣਾ ਦਾਅ ਤੇ ਜ਼ਰੂਰ ਲਾਉਂਦੇ ਹੋ ਪਰ ਜਿਹੜੇ ਸੰਘਰਸ਼ ਆ ਜਾਂ ਜੰਗਾਂ ਨੇ ਉਹ ਬਿਨਾਂ ਰਿਸਕ ਤੋਂ ਨਹੀਂ ਜਿੱਤੀਆਂ ਜਾਂਦੀਆਂ ਹੁੰਦੀਆਂ ਤਾਂ ਸਿੱਖਾਂ ਨੂੰ ਇਹ ਸਮਝਣਾ ਚਾਹੀਦਾ ਆ ਕਿ ਜਿਹੜੇ ਅਗਲੇ ਕੁਛ ਸਾਲ ਨੇ ਉਹ ਸਿੱਖਾਂ ਦੇ ਲਈ ਜੋ ਸਿੱਖਾਂ ਨੇ ਪਿਛਲੇ ਕੁਛ ਅਸੀਂ ਕਹਿ ਸਕਦੇ ਹਾਂ ਕਿ ਇੱਕ ਲੰਮੇ ਸੰਘਰਸ਼ ਤੋਂ ਬਾਅਦ ਜਿਹੜਾ ਇੱਕ ਸਮਾਂ ਆਇਆ ਜਿਹਦੇ 'ਚ ਸਿੱਖ ਸੈਟਲ ਹੋਏ ਆ ਇਕਨੋਮਿਕਲੀ ਵੀ ਤੇ ਸੋਸ਼ਲੀ ਵੀ ਤੇ ਹੁਣ ਇਹ ਜ਼ਰੂਰੀ ਆ ਕਿ ਜਿਹੜੇ ਉਹ ਰਿਸੋਰਸਿਸ ਨੇ ਉਹਨਾਂ ਨੂੰ ਆਪਣੇ ਜਿਹੜੇ ਕੌਮੀ ਘਰ ਦੀ ਉਸਾਰੀ ਦੇ ਲਈ ਆਪਣੀ ਜਿਹੜੀ ਪੋਲੀਟੀਕਲ ਐਸਪੀਰੇਸ਼ਨ ਆ ਉਹਦੀ ਪ੍ਰਾਪਤੀ ਦੇ ਲਈ ਸਿੱਖ ਹੁਣ ਜਿਵੇਂ ਹੁੰਦਾ ਵੀ ਮੈਦਾਨ ਦੇ ਵਿੱਚ ਦੌੜੇ ਘੋੜੇ ਭਜਾਉਣ ਵੀ ਉਹ ਮਤਲਬ ਪਰ ਇਹ ਆ ਵੀ ਆਪਣੀ ਉਹ ਪੋਲਿਸੀ ਜਿਹੜੀ ਆ ਉਹ ਇੰਡੀਪੈਂਡੈਂਟ ਹੋਣੀ ਚਾਹੀਦੀ ਆ ਤੁਸੀਂ ਕਿਸੇ ਦੇ ਉੱਤੇ ਟੇਕ ਰੱਖ ਕੇ ਜਿਹੜਾ ਆ ਆਪਣੇ ਕੋਈ ਵੀ ਕਿਸੇ 'ਤੇ ਟੇਕ ਰੱਖ ਕੇ ਆਪਣੇ ਮੁਲਕ ਨਹੀਂ ਬਣਾ ਸਕਦਾ ਜੀ ਸੋ ਸੁਖਵਿੰਦਰ ਸਿੰਘ ਜੀ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ ਬ੍ਰੇਕ ਤੋਂ ਬਾਅਦ ਸਾਡੇ ਦਰਸ਼ਕ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ ਅਗਲੇ ਸੈਗਮੈਂਟ ਦੇ ਵਿੱਚ ਵਿਚਾਰ ਚਰਚਾ ਨੂੰ ਅੱਗੇ ਤੋਰਦੇ ਹਾਂ